ਹਾਂਜੀ ਭਾਅ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਜੀ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਘੈਂਟ ਹੋਵੋਗੇ, ਅਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਵਧੀਆ ਰੱਖੇ, ਖੁਸ਼ ਰੱਖੇ। ਅਤੇ ਦੈਨ ਅੱਜ ਸੋਮਵਾਰ ਕੰਮ 'ਤੇ ਆਪਾਂ ਆ ਗਏ ਹਾਂ, ਅਤੇ ਅੱਜ ਫਿਰ ਆਪਾਂ ਥਰਮੋਕੀਪੀਆ ਦੇ ਵਿੱਚ ਹੀ ਆਪਣਾ ਕੰਮ ਆ, ਕਿਉਂਕਿ ਆਪਾਂ ਸਾਰੇ ਜਿਹੜੇ ਖੀਰੇ ਰਹਿੰਦੇ ਆਪਾਂ ਉਹ ਅੱਜ ਖੀਰੇ ਘੁਮਾਉਣੇ ਆ, ਕਿਉਂਕਿ ਥੱਲੋਂ ਤਾਂ ਆਪਾਂ ਸਾਰੇ ਖੀਰੇ ਚੱਕ ਲਏ ਸੀਗੇ, ਹੈ ਨਾ। ਇੱਕ ਇੱਕ ਵਾਰੀ ਤਾਂ ਆਪਾਂ ਸਾਰੇ ਬਲੇਟਤੇ ਸੀਗੇ, ਹੁਣ ਜਿਹੜੇ ਉਦੋਂ ਗਾਂਹ ਵਧੇ ਆ ਨਾ, ਅਤੇ ਉਹ ਆਪਾਂ ਫਿਰ ਚੜਾਉਣੇ ਆ ਉੱਪਰ। ਅਤੇ ਬਾਕੀ ਮੌਸਮ ਪੂਰਾ ਵਧੀਆ ਠੰਡਾ ਗਾ, ਮੀਂਹ ਮੂੰਹ ਪਿਆ ਵਿਆ ਗਾ, ਅਤੇ ਬੱਦਲਵਾਈ ਪੂਰੀ ਅੱਜ ਵੀ ਹੋਈ ਪਈ ਆ। ਦੁਪਹਿਰੇ ਜੇ ਥੋੜ੍ਹਾ ਜਿਹਾ ਸੂਰਜ ਨਿਕਲਦਾ ਗਾ, ਨਹੀਂ ਤਾਂ ਕੱਲ੍ਹ ਵੀ ਨਹੀਂ ਸੂਰਜ ਨਿਕਲਿਆ, ਕੱਲ੍ਹ ਵੀ ਸਾਰਾ ਦਿਨ ਇੱਦਾਂ ਹੀ ਬੱਦਲਵਾਈ ਸੀਗੀ। ਅਤੇ ਟਾਈਮ ਹੋ ਗਿਆ 7:30 ਦਾ, ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਥਰਮੋਕੀਪੀਏ ਦੇ ਵਿੱਚ, ਤੁਹਾਨੂੰ ਮਾਰੀ ਆ ਅਤੇ ਹੁਣ ਮੈਂ ਮਿਲਾਉਣਾ ਗਾ। ਚਲੋ ਜੀ, ਇਧਰ ਬਾਜੀ ਮਾਰੀਆ ਨੂੰ ਮਿਲੋ। ਸਤਿ ਸ਼੍ਰੀ ਅਕਾਲ, ਹੈਪੀ ਬਰਥਡੇ ਅੰਦਰਿਆ। ਥੈਂਕ ਯੂ, ਹੈਪੀ ਬਰਥਡੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਬਈ ਅੱਜ ਅੰਦਰੇ ਦਾ ਬਰਥਡੇ ਆ, ਮੈਸੇਜ ਕਰਿਓ ਸਾਰੇ ਜਣੇ ਹੈਪੀ ਬਰਥਡੇ ਦਾ। ਤੇ ਅੱਜ ਬਾਜੀ ਮੇਰਾ ਬਰਥਡੇ ਆ 1 ਨਵੰਬਰ, ਤੇ ਚਲੋ ਜਿਹਨੇ 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 ਵਧਾਈਆਂ ਦੇਣੀਆਂ ਹੋਊਗਾ, 2021 1 ਨਵੰਬਰ 2021 ਮੇਰਾ ਅੱਜ ਬਰਥਡੇ ਆ, ਜਿਹਨੇ ਜਿਹਨੇ ਵਧਾਈਆਂ ਦੇਣੀਆਂ ਹੋਊਗਾ, ਤੇ ਉਹ ਆਪਾਂ ਨੂੰ ਮੈਸੇਜ ਕਰ ਸਕਦਾ ਗਾ, ਤੇ ਉਹ ਵੀ ਭੇਜ ਸਕਦਾ। ਏਡੇ ਕੋਈ ਗੱਲ ਨਹੀਂ, ਤੁਹਾਨੂੰ ਆਪਾਂ ਐਡਰੈਸ ਦੇ ਦਾਂਗੇ। ਤੇ ਮਾਰੀਆ ਨੇ ਮੇਰੇ ਵਾਸਤੇ ਖਾਣ ਨੂੰ ਪੀਣ ਨੂੰ ਇੱਕ ਚੀਜ਼ ਚੀਜ਼ ਲਿਆ ਕੇ ਦਿੱਤੀ ਆ, ਤੇ ਮਾਰੀਆ ਫੜਾਊਗੀ। ਹਾਂ ਵੀ ਹਿੱਲਿਆ ਕਿੱਥੇ ਮੈਨੂੰ ਸੁਬਾ ਸੁਬਾ ਬਰਥਡੇ ਲਈ ਹਿੱਲ ਪੀ ਕੇ ਖੀਰੇ ਵੱਧ ਕੇ ਮਾਵਾਂ, ਬਰਥਡੇ ਦਾ ਤਾਂ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਹਾਂ ਇੱਥੋਂ ਤੱਕ ਆਪਾਂ ਖੀਰੇ ਬਿਲਕੁਲ ਬਲੇਡ 'ਤੇ ਆ, ਦੇਖੋ ਆ ਸਾਰੇ ਖੀਰੇ ਆਪਾਂ ਸਾਰੇ ਬਲੇਡ 'ਤੇ, ਜਾਣੀ ਕਿ ਮੀਸੋ ਥਰਮੋਕੀਪੀ ਆਪਾਂ ਬਲੇਡ 'ਤੇ, ਅਤੇ ਮੀਸੋ ਥਰਮੋਕੀਪੀ ਆਪਣੀਆਂ ਰਹਿ ਗਈਆਂ। ਆਹ ਦੇਖੋ ਇੱਦਾਂ ਹਾਲ ਹੋਇਆ ਪਿਆ, ਦੇਖੋ ਐਂ ਡਿੱਗੇ ਪਏ ਹੈ ਨਾ ਥੱਲੇ, ਵੇਖੋ ਕੀ ਹਾਲ ਹੈ ਪਿਆ। ਹੈਂ ਠੀਕ ਆ, ਤੁਸੀਂ ਘੁਮਾਉਣੀ ਆ ਹੈਂ, ਇੱਦਾਂ ਦੇਖਿਓ ਕਿਉਂ ਸਵੇਰੇ ਸਵੇਰੇ ਦੇਖਦੇ ਲੱਛਣ ਵੇਖ ਇਹਦੇ 'ਚ। ਹੁਣ ਕੋਈ ਚੱਕਦਾ ਨਹੀਂ ਗਾ, ਐਵੇਂ ਹਵਾ ਗਿਰੀ ਨੇ ਸੁੱਕੀ ਲੈ, ਚੱਕੇ ਨਹੀਂ ਕਹਿੰਦੇ ਕੱਚਾ ਵੱਜ ਗਿਆ, ਇਹ ਚੱਕੇ ਨਹੀਂ ਕਹਿੰਦੇ, ਹੁਣ ਨਹੀਂ ਚੱਕਿਆ ਸਕੀ ਚੱਕਦਾ ਮਾਰੀਆ, ਕੰਮ ਤੇ ਲੱਗ ਵੀ ਗਈ ਆ ਮਾਰੀਆ, ਜਾ ਕੇ ਖੀਰੇ ਲਾ ਗਈ ਘੁਮਾਉਣ। ਥਰਮੋਕੀਪੀਆ ਵੇਖ ਕਿੰਨੀਆਂ ਵਧੀਆ ਲੱਗਦੀਆਂ, ਹੈ ਨਾ, ਹੁਣ ਹੀ ਵਧੀਆ ਲੱਗਦੀਆਂ ਭਾਜੀ, ਜਦੋਂ ਖੀਰੇ ਟੁੱਟਣ ਲੱਗ ਗਏ ਨਾ ਫਿਰ ਸਾਨੂੰ ਇਹ ਵੀ ਚੰਗੀਆਂ ਲੱਗਣ ਹਟ ਜਾਣਗੀਆਂ, ਬਾਲਟੀਆਂ ਖੀਰੇ ਦੀਆਂ ਨਿਕਲਦੀਆਂ, ਦੇਖੋ ਕਿੱਡੀਆਂ ਵੱਡੀਆਂ, ਅੱਧਾ ਕਿੱਲਾ ਵਾਂਦਾ ਅੱਧਾ ਕਿੱਲਾ ਵਾਂਦਾ, ਫਿਰ ਕਾਸ਼ੇ ਕਾਸ਼ੇ ਬਣਦੇ ਇਹਦੇ 'ਚੋਂ। ਆ ਬੂਟ ਚੱਲਦੇ ਆ ਵੱਡੇ, ਕਿਉਂ ਲੱਗੀ ਪਈ ਹੈ ਨਾ, ਨਾਲੇ ਗਲਵਜ ਪਾਈ ਜਾਂਦੀ ਉਹਦੇ, ਨਾਲੇ ਕੰਨ ਨੂੰ ਖੂਨ ਲਾਇਆ ਰੇਡਾ ਕਰਕੇ,
ਧੋਣ ਆਏ ਕਰੀ ਏਦਾਂ ਹੀ ਰਹਿ ਜਾਣੀ ਕਿਸੇ ਦਿਨ ਹੱਥ ਪਾਲਿਆ ਕਰ ਫੂਲ ਨੂੰ ਲੋ ਬਾਈ ਜੀ ਗਰਮੀ ਬਹੁਤ ਅੰਦਰ ਮੁੜਕੋ ਮੁੜਕੀ ਹੋ ਗਏ ਜਾਵਾਂ ਪਸੀਨਾ ਇੱਧਰ ਪਸੀਨੋ ਪਸੀਨੀ ਹੋਈ ਪਏ ਜਾਵਾਂ ਇੱਧਰ ਵੀ ਲਾਈ ਜਾਂਦੇ ਸਰਮੋ ਕੀ ਪੀਆ ਲਾਵਾਂਗੇ ਅੱਜ ਆਹ ਤਾਂ ਅਸੀਂ ਨੇੜੇ ਕਰਤੀ ਤੀਜੀ ਦੋ ਰਹਿ ਗਈਆਂ ਮਗਰ ਇੱਧਰ ਮਾਰਿਆ ਅਤੇ ਹੋਵਾਂ ਬਹਿ ਗਾ ਰੋਟੀ ਖਾਂਦੇ ਹਾਂ ਅਤੇ ਹੋਵਾਂ ਜਾ ਕੇ ਜਾਂ ਡਾਕਟਰ ਦੇ ਲੈ ਦੋ ਲੇਜ ਦੇ ਪੈਕ ਕੱਢ ਲਏ ਵੱਡੀ ਹੈਲ ਹੈਲ ਕੱਢ ਲਈ ਹੈ ਚੱਲ ਕੋਈ ਨੀ ਕਿੰਨੀਆਂ ਇੱਕ ਕਿ ਦੋ ਕੱਢੋ ਬਾਹਰ ਅਤੇ ਮਾਰਕੀਟ 'ਚੋਂ ਸਮਾਨ ਆਪਣਾ ਆ ਗਿਆ ਇਹ ਆਉਂਦੇ ਵੀ ਅੱਜ ਬਰਥਡੇ ਆ ਆਂਦਰੇ ਦਾ ਯਾਨੀ ਕਿ ਦਾਸ ਦਾ ਬਰਥਡੇ ਆ ਅਤੇ ਕਹਿੰਦੇ ਚਲੋ ਬਹਿ ਕੇ ਖਾਂਦੇ ਪੀਂਦੇ 10 ਮਿੰਟ ਅਤੇ ਨਾਲੇ ਰੋਟੀ ਖਾਂਦੇ ਹਾਂ ਕਿੱਟ ਲਿਆਈ ਆ ਨਵੀਂ ਪੈਸੇ ਪੂਸੇ ਤਾਂ ਹੈ ਨਹੀਂ ਚੱਲ ਕੋਈ ਰੋਟੀ ਖਾ ਲਓ ਅਤੇ ਇੱਦਾਂ ਤਾਂ ਫਿਰ ਕੰਮ ਵੀ ਕਰਨਾ ਮਾਤਾ ਜੀ ਐਂ ਕਰੋ ਪਲੀਜ਼ ਮਿਹਨਤ ਵਾਲੀ ਗੱਲ ਤੁਹਾਡੇ ਮੂੰਹ ਹੱਥ ਜੋੜ ਰੋਟੀ ਖਾ ਹਾਂ ਰੋਟੀ ਖਾ ਦਾਲ ਖਾਂਦੀ ਮਗਰੋਂ ਵੈਸਟ ਪਹਿਲਾਂ ਗਾਲਾ ਕਹਿ ਜਾਂਦੀ ਦੁੱਧ ਨਹੀਂ ਪੀਂਦੀ ਜਮਾਂ ਹੀ ਦੁੱਧ ਵਾਲੀ ਕੋਈ ਚੀਜ਼ ਹੋਵੇ ਜਮਾਂ ਨਹੀਂ ਖਾਂਦੀ ਬਾਈ ਜੀ ਖੇਤ ਰੋਟੀ ਖਾਣ ਦਾ ਨਜ਼ਾਰਾ ਹੀ ਆ ਜਾਂਦਾ ਘਰ ਓਨੀ ਭੁੱਖ ਨਹੀਂ ਲੱਗਦੀ ਗੀ ਜਿੰਨੀ ਖੇਤ ਲੱਗਦੀ ਆ ਮੈਸੇਜ ਕਰਕੇ ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗਿਆ ਸਾਨੂੰ ਖੇਤ ਰੋਟੀ ਖਾਂਦੇ ਅਤੇ ਕਿਹੜੇ ਕਿਹੜੇ ਖੇਤ ਰੋਟੀ ਖਾਂਦੇ ਆ ਕਿੰਨਾ ਕੁ ਨਜ਼ਾਰਾ ਆਉਂਦਾ ਗਾ ਖੇਤ ਰੋਟੀ ਖਾਣ ਦਾ ਖੇਤ ਰੋਟੀ ਖਾਣ ਦਾ ਬੜਾ ਨਜ਼ਾਰਾ ਆਉਂਦਾ ਉਹਨਾਂ ਘਰੇ ਨਹੀਂ ਵਧੀਆ ਆਉਂਦਾ ਨਾ ਆਹ ਖੁੱਲ੍ਹਾ ਖੁੱਲ੍ਹੀ ਜਗ੍ਹਾ ਗਿਆ ਖੁੱਲ੍ਹੇ ਖੁੱਲ੍ਹੇ ਥਾਂ 'ਚ ਬਹਿ ਕੇ ਆਪਣੇ ਬੜਾ ਨਜ਼ਾਰਾ ਆਉਂਦਾ ਰੋਟੀ
ਲਾਇਬ੍ਰੇਰੀ ਨੱਚਿਆ ਮੈਂ ਇੱਧਰ ਨੂੰ ਕੇ ਬੈਠਾ ਮਰਾ ਕਰੋ ਵੀ ਫਿਰ ਬਾਟੇ ਟੂ ਜੂ ਬਾਟੇ ਟੂ ਟੂ ਫੜਾਈ ਮਾਰੇ ਜੇ ਲੋ ਹੈਪੀ ਬਰਥਡੇ ਫੜ ਜਾ ਇੱਕ ਮਿੰਟ ਜੂਰੋ ਮਾਰਿਆ ਹੋਆ ਹੈਪੀ ਬਰਥਡੇ ਹਾਂਜੀ ਬਾਈ ਮੇਰਾ ਤੇ ਹੈਪੀ ਬਰਥਡੇ ਆ ਤੇ ਮੇਨ ਹੋਆ ਨੇ ਤੇ ਆਂਦਾ ਮਾਰਿਆ ਨੇ ਮੈਨੂੰ ਪਾਰਟੀ ਕਰੀ ਆ ਤੇ ਚਲੋ ਬਈ ਹੈਪੀ ਬਰਥਡੇ ਹੈਪੀ ਬਰਥਡੇ ਹੋ ਜੋ ਜੋ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਟੂ ਮਾਈ ਫੇਵਰੇਟ ਲੇਨ ਹਾਵ ਅ ਚੈੱਕ ਬਲੂ ਮਾਰਿਆ ਨੂੰ ਆਹ ਸਵਾਦ ਲੱਗਦਾ ਸਭ ਜਾਣੇ ਇਹ ਹੈਗੇ ਆ ਅਨੀਅਨ ਦੇ ਤੇ ਬਟਰ ਦੇ ਗੰਡੇ ਰੇ ਦੇ ਤੇ ਮੱਖਣ ਦੇ ਦੇਖੋ ਬਾਈ ਜੀ ਜਿਹੜਾ ਆਪਾਂ ਲੂਣ ਦਾ ਲਿਆਂਦਾ ਸੀ ਉਹਦਾ ਘਰ ਬਣਾਇਆ ਆਹਦੀ ਫੀਡ ਪਈ ਆ ਖਾਣ ਵਾਲੀ ਆਹ ਦੁੱਧ ਅਤੇ ਆਹ ਵੇਖੋ ਡੱਬਾ ਬਣਾ ਕੇ ਨਾ ਡੱਬੇ 'ਚ ਮੋਹਰਾ ਕਰਕੇ ਵਿੱਚ ਇਹਦੇ ਕੱਪੜਾ ਵਿਛਾਤਾ ਇਹਦੇ 'ਚ ਸੋਏ ਦਾ ਰਾਤ ਅਤੇ ਕੋਲ ਅੱਗ ਵਾਲਾ ਵੀ ਰੱਖਿਆ ਮੈਂ ਕਈ ਵਾਰੀ ਅੱਗ ਉੱਗ ਲੱਗੇ ਇਹਦੇ ਨਾ ਫਿਰ ਚਲਾ ਲੈਂਦਾ ਰਾਤ ਨੂੰ ਆਪ ਹੀ ਲੂਣ ਦਾ ਸਿਖਾਇਆ ਕਰਦਾ ਅਤੇ ਸਾਨੂੰ ਬਾਹਰ ਦਾ ਮੌਸਮ ਦਿਖਾਉਣਾ ਗਾ ਹਨੇਰਾ ਹੋ ਗਿਆ ਉਹ ਫਿਰਦਾ ਗੱਡੀ ਥੱਲੇ ਤੁਰਿਆ ਮਿਊ ਉਹ ਆ ਗਿਆ ਮਿਊ ਇੱਕ ਆ ਗਈ ਬਿੱਲੀ ਭੱਜ ਗਈ ਉਹ ਆ ਗਿਆ ਉਹ ਇੱਕੋ ਜਿਹੀ ਹੈ ਤਾਂ ਹੁਣ ਮਾਂ ਪੁੱਤ ਹੀ ਲੱਗਦੇ ਕਹਿਣ ਸਾਹਿਬ ਨੇ ਇਹਦਾ ਘਰ ਬਣਾਇਆ ਇਹਨੇ ਹੁਣ ਆਪਦੇ ਘਰੇ ਜਾਣਾ ਸਿੱਧਾ ਆ ਗਿਆ ਆਪਦੇ ਘਰ ਕੋਲ ਲੱਗ ਗਿਆ ਵੀਡ ਖਾਣ ਵਧੀਆ ਘਰ ਬਣਿਆ ਇੱਥੇ ਪੂਰੀ ਸੇਵਾ ਹੁੰਦੀ ਹੈ ਕਾਲਾ 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 ਰੱਜ ਕੇ ਕਾਲਾ ਕੱਢ ਦੇ ਚਿੱਪ ਕੱਢ ਦੇ ਚਿੱਪ ਖਾਈਏ ਖਾ ਕੇ ਇਹਨੇ ਤੇ ਆਪਦੇ ਘਰੇ ਜਾ ਕੇ ਸੌਂ ਗਏ ਕੋਲ ਦੁੱਧ ਰੱਖਿਆ ਗਿਆ ਜੀ ਬਾਜੀ ਆਪਾਂ ਕੰਮ ਤੋਂ ਆ ਗਏ ਸੀ ਧਾ ਧੋ ਲਏ ਹਾਂ ਰੋਟੀ ਪਾਣੀ ਖਾ ਲਿਆ ਅਤੇ ਬਲੌਗ ਆਪਣਾ ਥੋੜ੍ਹਾ ਜਿਹਾ ਘੱਟ ਬਣਿਆ ਸੀਗਾ ਅਤੇ 9 ਮਿੰਟ ਅਤੇ 22 ਸਕਿੰਟ ਦਾ ਬਣਿਆ ਸੀਗਾ ਅਤੇ ਮੈਂ ਕਿਹਾ ਚਲੋ ਥੋੜ੍ਹਾ ਹੋਰ ਬਣਾ ਲਈਏ ਹੈ ਨਾ 10-11 ਮਿੰਟਾਂ ਦਾ ਕਰ ਲਈਏ ਅਤੇ ਫਿਰ ਆਪਾਂ ਬਲੌਗ ਦਾ ਕਰਾਂਗੇ ਐਂਡ ਅਤੇ ਮੌਸਮ ਵਧੀਆ ਗਾ ਠੰਡਾ ਗਾ ਅਤੇ ਮਾਲਕ ਨੇ ਇੱਧਰ ਲਾਈਟਾਂ ਲਾਈਆਂ ਬਟੂਆਂ ਬਟੂਆਂ ਅਤੇ ਚਾਨਣ ਰਹਿੰਦਾ ਇੱਥੇ ਵਧੀਆ ਇੱਥੇ ਬਹਿੰਦੇ ਹੀ ਹੁੰਦਾ ਮਿੰਟ ਰੋਟੀ ਖਾ ਕੇ ਇੱਥੇ ਬੈਠਣ ਦਾ ਨਜ਼ਾਰਾ ਆ ਜਾਂਦਾ ਗਾ ਬਾਹਰ
ਅੱਜ ਸਾਰਾ ਦਿਨ ਬਾਅਦ ਥਰਮੋਕੀਪੇ 'ਚ ਕੰਮ ਸੀਗਾ, ਤੁਸੀਂ ਵੇਖਿਆ ਜੀ ਵੀਡੀਓ ਦੇ ਵਿੱਚ ਖੀਰੇ ਘੁਮਾਈ ਗਏ ਹਾਂ, ਖੀਰੇ ਘੁਮਾ ਤੇ ਸਾਰੇ ਆਪਾਂ ਥਰਮੋਕੀਪੇ ਸਾਰੀਆਂ ਲੱਗ ਗਈਆਂ, ਥੋੜ੍ਹੀਆਂ ਹੀ ਰਹਿਣੀਆਂ, ਦੋ ਕਲੈਣਾ ਰਹੇਗਾ, ਉਹ ਕੱਲ੍ਹ ਨੂੰ ਸੁਬਾਹ ਜਾ ਕੇ ਲਾਵਾਂਗੇ ਅਤੇ ਬਾਕੀ ਦਾ ਕੰਮ ਸਾਰਾ ਫਾਈਨਲੀ ਆ ਖੀਰਿਆਂ ਦਾ ਜਮ੍ਹਾਂ ਕਰਤਾ ਅਤੇ ਧਾਰਾਂ ਕੱਢੀ ਜਾਂਦੀਆਂ। ਹਾਂਜੀ ਬਾਈ ਜੀ, ਅਤੇ ਆਪਾਂ ਘਰ ਆ ਗਏ ਹਾਂ ਹੁਣ, ਅਤੇ ਚਲੋ ਠੀਕ ਆ, ਆਪਣਾ ਅੱਜ ਦਾ ਬਲੌਗ ਇੱਥੋਂ ਤੱਕ ਦਾ ਸੀ। ਜੇ ਉਹਨੂੰ ਵਧੀਆ ਲੱਗਿਆ ਉਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲੇ ਆਪਣੇ ਚੈਨਲ ਨੂੰ ਅੱਗੇ ਵੀ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ, ਨਾਲੇ ਸ਼ੇਅਰ ਕਰਿਆ ਕਰੋ। ਚਲੋ ਠੀਕ ਆ, ਮਿਲਦੇ ਹਾਂ ਆਪਾਂ ਨੈਕਸਟ ਬਲੌਗ ਦੇ ਵਿੱਚ, ਅਤੇ ਓਕੇ ਬਾਏ।